ਨਾਮ ਲਿਓ ਖਾਨ ਪੁਨੂ ਵੇ ਇਹਨਾਂ ਤਪਦਿਆਂ ਵੇ ਥਲਾਂ ਵਿੱਚ ਸੜਾਂਗੀ ਮੈਂ, ਇਹਨਾਂ ਤਪਦਿਆਂ ਥਲਾਂ ਵਿੱਚ ਸੜਾਂਗੀ ਮੈਂ। ਜੇ ਇੱਕ ਘੜੀ ਨਾ ਮਿਲਿਆ ਖਾਨ ਇਹਨਾਂ ਤਪਦਿਆਂ ਥਲਾਂ ਵਿੱਚ ਸੜਾਂਗੀ ਮੈਂ, ਇਹਨਾਂ ਤਪਦਿਆਂ ਥਲਾਂ ਵਿੱਚ ਸੜਾਂਗੀ ਮੈਂ। ਦੇ ਚੱਲੇ ਨੇ ਦਮ ਜਵਾਬ ਪਾਵੇਂ, ਦਮੋਂ ਨਿਕਲ ਕੇ ਵੀ ਘੜੀ ਅੜਾਂਗੀ ਮੈਂ। ਖਾਨਾ ਜਿਹੜੇ ਤੈਨੂੰ ਲੈ ਗਏ ਨੇ ਮੇਰੇ ਕੋਲੋਂ ਜੁਦਾ ਕਰਕੇ, ਉਹਨਾਂ ਨਾਲ ਮੈਂ ਕੀ ਸਲੂਕ ਕਰਾਂਗੀ। ਵੇ ਪੱਲਾ ਪਕੜ ਤੈਨੂੰ ਖੜਨ ਵਾਲਿਆਂ ਦਾ, ਪੱਲਾ ਪਕੜ ਤੈਨੂੰ ਖੜਨ ਵਾਲਿਆਂ ਦਾ, ਸੁਣੀ ਗਈ ਨਾ ਜੇ ਫਰਿਆਦ ਮੇਰੀ ਦਾਮਨ ਹਸਨ ਹੁਸੈਨ ਦਾ, ਫੜਾਂਗੀ ਮੈਂ ਮੇਰਾ ਕਰੇਗਾ ਰੱਬ ਇਨਸਾਫ ਅਜ਼ਮਤ ਰੋਂਦੀ ਜਦੋਂ ਦਰਬਾਰ ਵਿੱਚ ਬਣਾਂਗੀ ਮੈਂ। ਅਤੇ ਅੱਲਾ ਦੀ ਜ਼ਾਤ ਨੇ ਕੀ ਕੀਤਾ, ਉਹ ਫਰਿਸ਼ਤਾ ਰਜਾਨਾ ਕੱਢਦਾ, ਜਾਲਾ ਜਾਨਾ ਕੱਢਦਾ, ਉਹਦੀ ਡਿਊਟੀ ਲਾਈ ਜਾ, ਉਹਦੀ ਜਾਨ ਲਾਇਆ, ਹਾਂਜੀ। ਅਤੇ ਦੂਰੋਂ ਵੇਖ ਕੇ ਫਰਿਸ਼ਤੇ ਨੂੰ ਆਉਂਦੀ ਹੈ, ਫਰਿਸ਼ਤਿਆ ਮੈਂ ਤੈਨੂੰ ਪਹਿਚਾਣ ਲਿਆ, ਤੂੰ ਅੱਗੇ ਵੀ ਬੜੀ ਵਾਰ ਆਇਆ ਮੇਰੇ ਵੱਲ। ਆਉਂਦੀ ਹੈ ਕਈ ਵਾਰ ਕਈ ਵਾਰ ਦਮ ਲੱਭਾਂ ਤੇ ਵੇਖ ਮੇਰੇ, ਮਲਕਲ ਮੌਤ ਜਾਨ ਲੈਣ ਆਈ। ਅਤੇ ਆ ਕੇ ਕੀ ਕੀਤਾ ਸੁ, ਆ ਕੇ ਜਿਸਮ ਦਾ ਨੂੰ ਜੂੰ ਫੁੱਲਿਆ ਸੁ, ਪਰ ਕਿਧਰੇ ਰੂਹ ਦਾ ਪਤਾ ਨਾ ਪਾਇਆ। ਇੱਕ ਦਿਨ ਪੁੱਛਦਾ ਹੈ ਮੈਨੂੰ ਘਬਰਾ ਕੇ, ਤੇ ਨੀ ਪੈਣੀ ਹੈ ਕਿੱਥੇ ਤੂੰ ਰੂਹ ਲੁਕਾਇਆ, ਵੀਸਾ ਵੀ ਲੈ ਰਹੀ ਹੈ ਤਨ ਵਿੱਚ ਜਾਨ ਵੀ ਨਹੀਂ, ਦੱਸ ਕੀ ਪਖੰਡ ਬਣਾਇਆ। ਨਿਸ਼ਾ ਵੀ ਲੈਣੀ ਹੈ ਅਤੇ ਜਿਹੜਾ ਮੈਂ ਰੂਹ ਖੜਨਾ ਉਹ ਤੂੰ ਛੁਪਾ ਕੇ ਕਿੱਥੇ ਬੈਠੀ ਹੈ। ਅਤੇ ਸੱਸੀ ਜਵਾਬ ਦਿੱਤਾ ਫਰਿਸ਼ਤੇ ਨੂੰ, ਆਉਂਦੀ ਹੈ ਇੱਕ ਦਿਨ ਆਖਿਆ ਉਸ ਨੂੰ ਪਰਤ ਕੇ ਮੈਂ, ਕਿਹੜੀ ਗੱਲ ਤੋਂ ਜੀ ਘਬਰਾਇਆ, ਕਿਹੜੀ ਗੱਲ ਤੋਂ ਜੀ ਘਬਰਾਇਆ। ਇਹ ਫਰਿਸ਼ਤਿਆ ਮੇਰੇ ਵਿੱਚ ਜੋ ਕੁਝ ਮੇਰਾ ਦਿਸਦਾ, 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 ਲੈ ਜਾ ਮੈਂ ਆ ਸੁਣਾਇਆ, ਲੈ ਜਾ ਮੈਂ ਆ ਸੁਣਾਇਆ। ਇਹ ਮੰਗੇ ਜਾਣਦੇ ਹੋ ਲੈ ਕੀ ਆ ਜਾਨੀ, ਮੰਗੇ ਜਾਣਦੇ ਹੋ ਲੈ ਕੀ ਆ ਜਾਨੀ, ਮੰਗੇ ਜਾਣਦੇ ਹੋ ਲੈ ਕੀ ਆ ਜਾਨੀ, ਮਾਰ ਕਦੇ ਮੱਥੇ ਲਾ, ਮਾਰ ਕਦੇ ਮੱਥੇ ਲਾ, ਮੰਗੇ ਜਾਣਦੇ ਹੋ ਲੈ ਕੀ
ਅਸਮਤ ਕੀ ਜਾਣਾ ਮੈਂ ਕਿਵੇਂ ਜੀ ਰਹੀਆਂ ਬੇ ਜਾਣੇ ਯਾਰ ਜਿਸ ਕਰਮ ਕਮਾਇ ਜਨਾਬ ਫਰਿਸ਼ਤਾ ਤਾਂ ਖਾਲੀ ਉੱਡ ਗਿਆ ਖੁਦਾ ਫਰਮਾਉਂਦੇ ਨੇ ਖਾਲੀ ਆ ਗਏ ਯਾ ਮੌਲਾ ਮੈਂ ਉਹਦਾ ਲੂੰ ਲੂੰ ਫੋਲਿਆ ਸੱਸੀ ਦਾ ਮੈਨੂੰ ਕਿਤੇ ਜਾਨ ਨਜ਼ਰ ਹੀ ਨਹੀਂ ਆਈ ਮੈਨੂੰ ਕਿਤੇ ਜਾਨ ਨਜ਼ਰ ਹੀ ਨਹੀਂ ਆਈ ਤਾਂ ਖੁਦਾ ਫਰਮਾਉਂਦੇ ਨੇ ਦਫ਼ਤਰ ਵਿੱਚ ਉਹਦਾ ਨਾਮ ਪੁਰ ਕਰ ਚੁੱਕਾ ਜਾ ਉਹਨੂੰ ਲਿਆ ਵਾਪਸ ਜਾਓ ਹੱਥ ਜੋੜ ਕੇ ਫਰਿਸ਼ਤਾ ਕਹਿੰਦਾ ਮੌਲਾ ਹੋਰ ਵੀ ਬੜੇ ਫਰਿਸ਼ਤੇ ਨੇ ਤੇਰੇ ਕੋਲ ਇਹ ਡਿਊਟੀ ਹੋਰ ਚਲਾ ਕਿਸੇ 'ਤੇ ਨਹੀਂ ਤਾਂ ਆਪ ਜਾ ਖੁਦਾ ਫਰਮਾਉਂਦੇ ਨੇ ਘਬਰਾ ਗਏ ਉਹ ਜਾ ਉਹ ਜਿਵੇਂ ਤੈਨੂੰ ਮੈਂ ਆਉਣਾ ਉਵੇਂ ਜਾ ਖਾਲੀ ਨਾ ਆਵੇਂ ਦਾ ਮੌਲਾ ਮੈਂ ਕਿਵੇਂ ਜਾਵਾਂ ਅਤੇ ਖਾਲਕ ਨੇ ਫਰਮਾਇਆ ਖਾਨ ਸਾਹਿਬ ਹੋਇਆ ਹੁਕਮ ਜਾ ਪੁੰਨਲ ਦੀ ਸ਼ਕਲ ਬਣ ਕੇ ਹੋਇਆ ਹੁਕਮ ਜਾ ਪੁੰਨਲ ਦੀ ਸ਼ਕਲ ਬਣ ਕੇ ਹੋਇਆ ਹੁਕਮ ਜਾ ਪੁੰਨਲ ਦੀ ਸ਼ਕਲ ਬਣ ਕੇ ਸੱਸੀ ਸਮਝ ਲੈ ਸੀ ਨਿਗਹਿਬਾਨ ਆਇਆ ਸੱਸੀ ਸਮਝ ਲੈ ਸੀ ਨਿਗਹਿਬਾਨ ਆਇਆ ਮਲਕਲ ਮੌਤ ਉਸ ਪੁੰਨੂ ਦੀ ਸ਼ਕਲ ਬਣ ਕੇ ਮਲਕਲ ਮੌਤ ਉਸ ਪੁੰਨੂ ਦੀ ਸ਼ਕਲ ਬਣ ਕੇ ਦਾਚੀ ਚੜ ਜਾ ਵਾਲ ਮਦਾਨ ਆਇਆ ਦਾਚੀ ਚੜ ਜਾ ਵਾਲ ਮਦਾਨ ਆਇਆ ਸੱਸੀ ਨੇ ਕੀ ਆਖਿਆ ਬਿਸਮਿਲਲਾ ਫਰਿਸ਼ਤਾ ਹੈ ਪੁੰਨਲ ਦੀ ਸ਼ਕਲ ਬਣ ਕੇ ਅਤੇ ਸੱਸੀ ਆਪਣੇ ਯਾਰ ਦੀ ਸ਼ਕਲ ਨੂੰ ਆਉਂਦੀ ਹੈ ਆਪਣੇ ਯਾਰ ਦੀ ਸ਼ਕਲ ਨੂੰ ਆਉਂਦੀ ਹੈ ਸਦਕੇ ਦਾ ਵਿਵਾਰੀ ਵੇ ਸਦਕੇ ਜਾ ਕਿਉਂ ਇਤਨੀ ਦੇਰ ਲਾਈ ਵੇ ਮੇਰਾ ਕਿਉਂ ਨਹੀਂ ਤੈਨੂੰ ਧਿਆਨ ਆਇਆ ਵੇ ਮੈਂ ਮਰ ਚੱਲੀ ਥਲੀ ਹੋ ਚੱਲੀ ਮੈਂ ਮਰ ਚੱਲੀ ਥਲਾਂ ਵਿੱਚ ਹੋ ਚੱਲੀ ਪੇਸ਼ ਮਗਰ ਤੇਰੇ ਬੀਆ ਬਾਨ ਆਇਆ ਫਿਰ ਆਖਦੀ ਮਤੇ ਤੂੰ ਇਹ ਸਮਝੇ ਕਿ ਇਹਦੀ ਵਿੱਚ ਨਹੀਂ ਮੈਂ ਪਹਿਚਾਨ ਆਇਆ ਮੈਂ ਬੜਾ ਜਾਣਨੀ ਆ ਇਜ਼ਰਾਈਲੇ ਤੂੰ ਝੋਕ ਸੱਸੀ ਦੀ ਕਰਨ ਵੀਰਾਨ ਆਇਆ ਇਹ ਮੈਨੂੰ ਸਾਰਾ ਪਤਾ ਹੈ ਮਗਰ ਵੇ ਮੇਰੇ ਮਾਲਕ ਦੀ ਬਣ ਕੇ ਸ਼ਕਲ 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 ਪੂਰਾ ਕਰਕੇ ਸਾ ਸਮਾਨ ਪੂਰਾ ਕਰਕੇ ਸਾ ਸਮਾਨ ਉਹਦੀ ਸ਼ਕਲ ਦੀ ਹੈ ਸਾਰੀ ਸ਼ਰਮ ਮੈਨੂੰ ਉਹਦੀ ਸ਼ਕਲ ਦੀ ਹੈ ਸਾਰੀ ਸ਼ਰਮ ਮੈਨੂੰ ਉਹਦੀ ਸ਼ਕਲ ਦੀ ਹੈ ਸਾਰੀ ਸ਼ਰਮ ਮੈਨੂੰ ਜਿਹਦੀ ਸ਼ਕਲ ਨਾ ਕੋਈ ਇਨਸਾਨ ਆ ਜਿਹਦੀ ਸ਼ਕਲ ਨਾ ਕੋਈ ਮੇਰੇ ਯਾਰ ਦੀ ਸ਼ਕਲ ਬਣ ਕੇ ਆ ਗਿਆ ਤੇ ਹੁਣ ਕੀ ਕਰ ਹੁਣ ਜਿਵੇਂ ਚਾਹਨਾ ਉਵੇਂ ਕਰ ਛੇਤੀ ਕਰੀ ਲਾਨਤ ਜੇ ਹਰਫ ਜ਼ੁਬਾਨ ਆਇਆ ਸ਼ੁਕਰੇ ਮੈਂ ਮਰਦੇ ਵੇਖ ਲਈ ਸ਼ਕਲ ਉਹਦੀ ਜਿਹਦੇ ਅੱਗੇ ਨਹੀਂ ਸਿਰ ਨੂੰ ਚਾਣ ਆਇਆ ਹੈ ਅਜ਼ਮਤ ਮੋਇਆਂ ਨੂੰ ਮੌਤ ਕੀ ਆਖ ਸਕਦੀ ਪੂਰਾ ਕਰਵੇ ਜੋ ਫਰਮਾਨ ਆਇਆ ਲਓ ਜਨਾਬ ਫਰਿਸ਼ਤਾ ਜਾਨ ਲੈ ਕੇ ਜਾਂਦਾ ਪਿਆ ਉੱਤੇ ਗੰਢਾਂ ਦਿੰਦਾ ਮੈਂ ਤਾਂ ਫੇਰ ਨਾ ਨਿਕਲ ਜਾ ਆਖੇ ਜਦੋਂ ਦੀਆਂ ਜਾਨਾਂ ਕੱਢ ਰਿਹਾ ਮੇਰੇ ਮੂੰਹ 'ਤੇ ਕਦੇ ਨਹੀਂ ਆਈ ਤੌਬਾ ਆਖੇ ਇੰਝ ਤੌਬਾ ਕਿਸੇ ਨਹੀਂ ਕੀਤੀ ਜਿਵੇਂ ਇਸ ਨੇ ਮੈਨੂੰ ਕਰਾਈ
ਤੌਬਾ ਆਖੇ ਲੱਖ ਤੌਬਾ, ਕਿਹੜੇ ਕੰਮ ਉੱਤੇ ਮੇਰੀ ਰੱਬ ਨੇ ਨੌਕਰੀ ਲਾਈ, ਤੌਬਾ ਮੇਰੀ ਤੌਬਾ ਦੀ ਤੌਬਾ ਜੇ ਪਰਤ ਵੇਖਾਂ ਕੇ ਮਰ ਕੇ ਜਾਨ ਛੁੜਾਈ। ਲਓ ਹਜ਼ੂਰ, ਇੱਕ ਬਾਬਾ ਬੱਕਰੀਆਂ ਭੇਡਾਂ ਚਾਰਨ ਵਾਲਾ ਸੱਸੀ ਦੇ ਮਕਾਮ 'ਤੇ ਆਇਆ, ਬੇਗੁਸਲ ਬੇਕਫਨ ਦਫਨ ਕੀਤਾ, ਫਾਤਿਹਾ ਪੜ੍ਹਿਆ, ਘਰ ਚਲਾ ਗਿਆ। ਵਾਰੀ ਆ ਗਈ ਹੈ ਮੁਨਕਰ ਅਤੇ ਨਕੀਰ ਦੀ, ਸੱਸੀ ਦਾ ਕਬਰ ਵਿੱਚ ਹਿਸਾਬ ਹੋਣ ਲੱਗਾ। ਮੁਨਕਰ ਅਤੇ ਨਕੀਰ ਬਾ ਹੁਕਮ ਰੱਬੀ ਲੈਣ, ਸੱਸੀ ਦਾ ਜਦੋਂ ਹਿਸਾਬ ਆਏ, ਕਬਰ ਵਿੱਚ ਜਦੋਂ ਫੇਰਾ ਮਾਰਿਓ ਨੇ ਨਜ਼ਰ, ਉਹਨਾਂ ਨੂੰ ਹਾਲ ਖਰਾਬ ਆਏ। ਖਰਾਬ ਕੀ ਵੇਂਦੇ ਨੇ? ਕੇਚਮ ਵੱਲ ਨਹੀਂ, ਕਿਬਲੇ ਵੱਲ ਨਹੀਂ, ਕੇਚਮ ਵੱਲ ਸੱਸੀ ਸਜਦੇ ਪਈ। ਆਖੇ ਹੁਣੇ ਵੇਖ ਨਹੀਂ ਤੇਰੇ ਜੁਨਾਬ ਆਏ, ਰੱਖ ਸਬਰ ਨਹੀਂ ਖਾਨਾ ਦੀ ਇਹ ਗੋਲੀਏ ਨਹੀਂ, ਇਹਨਾਂ ਪੈਰਾਂ 'ਤੇ ਵੇਖ ਨਵਾਬ ਆਏ। ਉਹ ਸਾਮੀ ਵੀ ਸਜਦੇ ਪਈ ਹੈ ਅਤੇ ਮੁਨਕਰ ਨਕੀਰ ਆਉਂਦੇ ਨੇ, ਅਤੇ ਕੋਈ ਬੜੀ ਵੱਡੀ ਕਾਫਰ ਹੈ, ਇਹ ਕੋ ਕਾਫਰ ਹੈ ਮੁਨਕਰ ਨਕੀਰ ਆਖਣ, ਗੁਰਜਾਂ ਪਕੜ ਜਾ ਵਿੱਚ ਇਤਾਬ ਆਏ, ਆਖਣ ਉੱਠ ਛੇਤੀ ਦੱਸ ਕੌਣੇ ਤੂੰ, ਅਸਮਤ ਅੱਗੋਂ ਕੀ ਵੇਖ ਜਵਾਬ ਆਏ। ਸੱਸੀ ਵੇਂਦਿਆਂ ਆਖਿਆ ਬਿਸਮਿਲਾ, ਸੱਸੀ ਵੇਂਦਿਆਂ ਆਖਿਆ ਬਿਸਮਿਲਾ, ਮੇਰਾ ਕੀ ਪੈਗਾਮ ਲਿਆਏ ਹੋਵੇ, ਖਾਨਦਾਨ ਸੁਣਾਓ ਕੋਈ, ਕਿਵੇਂ ਉਸਨੇ ਘੱਲੇ ਘਲਾਇਓ। ਵੇ ਮੈਂ ਤੁਸਾਂ ਦੀ ਪੜ੍ਹ ਨਮਾਜ਼ ਰਹੀਆਂ, ਸ਼ੁਕਰੇ ਰੱਬ ਨੇ ਆਣ ਮਿਲਾਏ ਹੋਵੇ, ਲੱਗਾ ਮੁਨਕਰ ਦੇ ਵੱਲ ਨਕੀਰ ਵੇਖਣ। ਸੱਸੀ ਆਖਦੀ ਕਿਉਂ ਘਬਰਾਏ ਹੋਵੇ, ਅਜ਼ਮਤ ਪੁੰਨੂ ਦੇ ਪਿਆਰ ਦਾ ਵਾਸਤਾ ਜੇ ਮੈਨੂੰ ਜਾਂਦਿਆਂ ਨਾਲ ਲੈ ਜਾਇਓ। ਮਲਕਾਂ ਆਖਿਆ ਕੀ ਬਲਾਏ ਤੂੰ, ਅਸੀਂ ਮੁਨਕਰ ਨਕੀਰਾ ਮਨ ਰੱਬੋ ਕਾ ਮਨ ਨਬੀਓ ਕਾ ਮਨ ਦੀਨੋ ਕਾ ਮਨ ਇਮਾਮੋ ਕਾ ਹਿਸਾਬ ਦੇ। ਅੱਛਾ ਹਿਸਾਬ ਲੈਣ ਵਾਲੇ ਹੋ, ਲਓ ਹਿਸਾਬ ਲਓ। ਫਿਰ ਸੱਸੀ ਹਿਸਾਬ ਦੇਣ ਲੱਗੀ ਫਰਿਸ਼ਤੇ, ਆਦੀਏ ਸੱਚ ਪੁੱਛੋ ਤੇ ਕਿਸੇ ਦਾ ਪਤਾ ਕੋਈ ਨਹੀਂ, ਵੇ ਮੇਰਾ ਦੀਨ ਇਮਾਨ ਕੁਰਾਨ ਪੁੰਨੂ, ਉਹਦਾ ਕੇਚ ਮੇਰਾ ਬੈਤੁੱਲਾ, ਮੇਰੇ ਵਾਸਤੇ ਰੱਬ ਰਹਿਮਾਨ ਪੁੰਨੂ, ਵੇ ਜਦੋਂ ਸਫਾਂ ਅਲਸਤ ਖਲੋਤੀਆਂ ਸਨ, ਮੈਂ ਉਦੋਂ ਦੀਆ ਇਮਾਨ ਪਹਿਚਾਨ ਪੁੰਨੂ। ਮੁਨਕਰ ਅਤੇ ਨਕੀ ਜਵਾਬ ਸੁਣ ਕੇ ਲਾਜਵਾਬ ਹੋ ਕੇ ਠੰਡੇ ਠਾਰ ਹੋਏ। ਇਹ ਆਖਰੀ ਸ਼ੇਰ ਜਨਾਬ, ਗੱਲ ਸੱਸੀ ਦੀ ਸੁਣ ਕੇ ਉੱਠ ਭੱਜੇ ਚਾਟੇ ਅਰਸ਼ ਅਜ਼ੀਮ ਤੋਂ ਪਾਰ ਹੋਏ, ਜਿਵੇਂ ਗੱਲ ਹੋਈ ਬੀਤੀ ਅੱਗੇ ਰੱਬ ਦੇ ਅਰਜ਼ ਗੁਜ਼ਾਰ ਹੋਏ, ਨਾਲੇ ਗੱਲ ਕਰਦੇ ਨਾਲੇ ਕਰਨ ਤੌਬਾ ਤੌਬਾ, ਨਾਲ ਖੌਫ ਦੇ ਜ਼ਰਦ ਵਿਸਾਰ ਹੋਏ। ਖਾਲਕ ਮਾਲਕ ਨੇ ਪੁੱਛਿਆ ਤੁਹਾਡੇ ਰੰਗ ਇੰਨੇ ਖੱਟੇ ਕਿਉਂ ਹੋਏ ਨੇ, ਕਦੀ ਤੁਹਾਡੇ ਇੰਨੇ ਖੱਟੇ ਕਦੀ ਨਹੀਂ ਸਨ ਹੋਏ, ਬੜੇ ਬੜੇ ਗੁਨਾਹਗਾਰਾਂ ਨੇ ਤੁਸੀਂ ਅਮਲਨਾਮੇ ਲਿਆਉਂਦੇ ਨੇ, ਅੱਜ ਕੀ ਹੋਇਆ ਤੁਹਾਨੂੰ? ਅਤੇ ਮੁਨਕਰ ਨਕੀਰ ਖੁਦਾ ਨੂੰ ਗੱਲ ਸੁਣਾਉਣ ਲੱਗੇ ਨੇ, ਮੌਲਾ ਹੋਣਾ ਕੀ ਸੀ? ਓ ਇੱਕ ਨਵੀਂ ਜਵਾਨੀ ਤੇ ਹੁਸਨ ਪੁਤਲੀ, ਇੱਕ ਨਵੀਂ ਜਵਾਨੀ ਤੇ ਹੁਸਨ ਪੁਤਲੀ, ਇੱਕ ਨਵੀਂ ਜਵਾਨੀ ਤੇ ਹੁਸਨ ਪੁਤਲੀ, ਇੱਕ ਨਵੀਂ ਜਵਾਨੀ ਤੇ ਹੁਸਨ ਪੁਤਲੀ,
ਸੀ ਅੱਗੇ ਨਾ ਨਜ਼ਰ ਚ ਆਈ ਹੋਈਏ, ਤੈਨੂੰ ਦੱਸਣੇ ਦੀ ਕਿਹੜੀ ਲੋੜ ਕਰੀਮ, ਬੇਸ਼ੱਕ ਬਣਾਇਆ ਤੂੰ ਹੈ ਤੇ ਪਤਾ ਉਹ ਕੀ ਕਰਦੀ ਹੈ, ਬਣਾਇਆ ਤੇ ਤੂੰ ਹੈ ਤੇ ਉਹ ਪਤਾ ਕੀ ਕਰਦੀ ਹੈ। ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ ਵੀ ਉਸ ਨੂੰ ਯਾਦ ਕੋਈ ਨਹੀਂ, ਉਹ ਕਿਸੇ ਬੁੱਧ ਦੇ ਮਗਰ ਸੋਦਾਈ ਆਈਏ, ਕੋਈ ਪੰਨੂ ਬਲੋਚ ਮਿਕਰਾਨ ਦਾਏ, ਉਸ ਨੇ ਹੋਸ਼ ਉੜਾਈ ਹੋਈ ਮੌਲਾ, ਉਹਨੂੰ ਰੱਬ ਰਸੂਲ ਇਮਾਮ ਮੰਨੇ, ਰੱਬ ਨਬੀ ਤੋਂ ਕੰਡ ਪਰਤਾਈ ਹੋਈਏ, ਉਹਦੇ ਕੁਫਰ ਤੇ ਸ਼ਿਰਕ ਦੀਆਂ ਕਲਮਿਆਂ ਨੇ ਸਾਡੇ ਧਰਤ ਤਾਈਂ ਅੱਗ ਲਾਈ, ਮੌਲਾ ਛੇਤੀ ਦੱਸ ਕੀ ਦਈਏ ਸਜ਼ਾ ਉਹਨੂੰ, ਸਾਡੀ ਜ਼ਿੰਦੜੀ ਬਹੁਤ ਘਬਰਾਈ ਹੋਈ ਹੈ, ਮੌਲਾ ਉਹਨੂੰ ਕਬਰ ਵਿੱਚ ਕਿੰਨੇ ਕੋੜੇ ਮਾਰੀਏ ਜਾ ਕੇ, ਤੈਨੂੰ ਤਾਂ ਜਪਦੀ ਨਹੀਂ ਨਾ ਤੇਰੇ ਹਬੀਬ ਨੂੰ ਨਾ ਤੇਰਿਆਂ ਨਾਲ ਦੀਆਂ ਸੰਗੀਆਂ ਨੂੰ, ਉਹ ਤਾਂ ਖਾਨ ਪੁਨਲ ਪੁਨਲ ਕਰਦੀ ਹੈ, ਮੌਲਾ ਜਲਦੀ ਦੱਸ ਉਹਨੂੰ ਸਜ਼ਾ ਕੀ ਦਈਏ ਕਬਰ ਵਿੱਚ ਜਾ ਕੇ। ਇੱਥੇ ਖੁਦਾ ਦਾ ਜਵਾਬ ਆ ਗਿਆ, ਆਇਆ ਰੱਬ ਦਾ ਅੱਗੋਂ ਜਵਾਬ, ਮਲਕੋ ਹੋ ਤੁਸਾਂ ਕੀ ਦੁੰਦਲੀ ਤਾਈ ਹੋਈਏ, ਤੁਸਾਂ ਆ ਕੀ ਦੁੰਦਲੀ ਤਾਈ ਆਈਏ, ਉਹਦੀ ਰਮਜ਼ ਤਾਂ ਤੁਸੀਂ ਹੋ ਗੈਰ ਮਹਿਰਮ ਜਿਹੜੀ ਉਸ ਦੇ ਵਿੱਚ ਸਿਮਾਈ ਹੋਈ ਹੈ। ਖੁਦਾ ਫਰਮਾਉਂਦੇ ਨੇ ਸ਼ੁਕਰ ਕਰੋ ਜੇ ਬਚ ਕੇ ਆ ਗਏ ਹੋ ਸੱਸੀ ਕੋਲੋਂ, ਉਹਦੀ ਇਸ਼ਕ ਨੇ ਬੰਬ ਬਲਾਈ ਹੋਈ ਹੈ, ਹਾਂ ਮਾਰਦੀ ਲੂਹ ਕੇ ਰੱਖ ਛੱਡਦੀ, ਬੜੀ ਤੁਸਾਂ 'ਤੇ ਕਰਮ ਫਰਮਾਈ ਹੋਈ। ਖੁਦਾ ਫਰਮਾਉਂਦੇ ਨੇ, ਮੈਂ ਪਹਿਲੇ ਸਪਾਰੇ ਵਿੱਚ ਕੁਰਾਨ ਪਾਕ 'ਚ ਕਹਿ ਗਿਆ ਕੀ ਕਿ ਜੋ ਮੈਂ ਜਾਣਾ ਤੁਸਾਨੂੰ ਖਬਰ ਕੋਈ ਨਹੀਂ, ਜੋ ਮੈਂ ਜਾਣਾ ਤੁਸਾਨੂੰ ਖਬਰ ਕੋਈ ਨਹੀਂ, ਜੋ ਮੈਂ ਜਾਣਾ ਤੁਸਾਨੂੰ ਖਬਰ ਕੋਈ ਨਹੀਂ, ਪਿਛਲੀ ਗੱਲ ਮੈਂ ਅਜੇ ਛੁਪਾਈ ਹੋਈ। ਮੌਲਾ ਤੈਨੂੰ ਤੇਰੀ ਰਬੂਬੀਅਤ ਦਾ ਵਾਸਤੇ ਜੋ ਸਾਡੇ ਕੋਲ ਛੁਪਾਇਆ ਹੀ, ਅੱਜ ਦੱਸ ਛੱਡ ਸਾਡੇ ਹੀ ਭੁਲੇਖੇ ਤੇ ਲੈ ਜਾਣ, ਅੱਜ ਤੇ ਦੱਸ ਤੇ ਖੁਦਾ ਵੀ ਸੱਚੀ ਵਿੱਚ ਦੱਸ ਚਲ। ਖੁਦਾ ਫਰਮਾਉਂਦੇ ਨੇ, ਉਹ ਸੱਚ ਪੁੱਛੋ ਤੇ ਉਹਦਾ ਕਸੂਰ ਕੋਈ ਨਹੀਂ, ਸੱਚ ਪੁੱਛੋ ਤੇ ਉਹਦਾ ਕਸੂਰ, ਸੱਚ ਪੁੱਛੋ ਤੇ ਉਹਦਾ ਕਸੂਰ ਕੋਈ ਨਹੀਂ, ਸੱਚ ਪੁੱਛੋ ਤੇ ਉਹਦਾ ਕਸੂਰ, ਉਹ ਜਿੱਥੇ ਖਲੀ ਮੈਂ ਆਪ ਖਲਵਾਈ, ਉਹ ਜਿੱਥੇ ਖਲੀ ਮੈਂ ਆਪ ਖਲਵਾਈ, ਉਹ ਸੱਚੀ ਹੈ ਪੁੱਲੂ ਦੇ ਰੂਪ ਵਿੱਚ, ਉਹ ਸੱਚੀ ਹੈ ਪੁੱਲੂ ਦੇ ਰੂਪ ਵਿੱਚ, ਉਹ ਸੱਚੀ ਹੈ ਪੁੱਲੂ ਦੇ ਰੂਪ ਵਿੱਚ, ਉਹਨੂੰ ਆਪਣੀ ਸ਼ਕਲ ਵਿਖਾਈ ਹੋਵੇ, ਉਹਨੂੰ ਆਪਣੀ ਸ਼ਕਲ ਵਿਖਾਈ ਹੋਵੇ, ਉਹ ਸੱਚੀ ਹੈ ਪੁੱਲੂ ਦੇ ਰੂਪ ਵਿੱਚ, ਉਹ ਸੱਚੀ ਹੈ ਪੁੱਲੂ ਦੇ ਰੂਪ ਵਿੱਚ, ਉਹ ਸੱਚੀ ਹੈ ਪੁੱਲੂ ਦੇ ਰੂਪ ਵਿੱਚੋਂ ਮੈਂ ਉਹਨੂੰ ਆਪਣੀ ਸ਼ਕਲ ਵਿਖਾਈਏ। ਤੇ ਖੁਦਾ ਫਰਮਾਉਂਦੇ ਨੇ, ਮੇਰੀ ਉਹ ਸੂਰਤ ਰੋਜ਼ ਕੁੰਨ ਵਾਲੀ ਪੱਕੀ ਦਿਲੇ ਤੇ ਉਸ ਜਮਾਈ ਹੋਈ ਏ, ਉਹ ਨਹੀਂ ਮੰਨਦੇ, ਉਹ ਨਹੀਂ ਮੰਨਦੇ ਰੱਬ ਬੇਮਿਸਲ ਅਜ਼ਮਤ, ਉਹ ਜ਼ਾਤ ਸਿਫਤ ਵਿੱਚੋਂ ਜਿੰਨਾ ਪਾਈ ਹੋਈ ਹੈ। ਸਦਾ ਬਹਾਰ ਦੇਣੀ ਇਸ ਬਾਗੇ, ਇਸ ਇਦਾਰੇ ਵਾਲਿਆਂ ਨੂੰ ਤੇ ਇਦਾਰੇ ਨੂੰ ਮੈਂ ਦੁਆ ਦੇਣ ਲੱਗਾ ਜਨਾਬ, ਆਖਰੀ ਲਫ਼ਜ਼, ਸਦਾ ਬਹਾਰ
ਦੇਵੀ ਇਸ ਬਾਗੇ ਇੱਥੇ ਕਦੇ ਖਿਜ਼ਾਨਾ ਆਵੇ ਇੱਥੇ ਹੋਵਣ ਫੈਜ਼ ਹਜ਼ਾਰਾਂ ਤਾਈਂ ਤੇ ਹਰ ਭੁੱਖਾ ਫਲ ਖਾਵੇ ਸਦਾ ਨਹੀਂ ਹੱਥ ਮਈ ਦੀ ਰੱਤੇ ਹਾਵੇ ਸਦਾ ਨਾ ਛਣਕਣ ਵੰਗੋ ਤੇ ਸਦਾ ਨਾ ਛੋਪੇ ਭੈਣ ਮੰਦੀ ਤੇ ਨਹੀਂ ਰਲ ਬਹਿਣਾ ਏ ਸੰਗਾ ਸਦਾ ਨਾ ਚੱਲ ਮੁਗਰਾਈਆਂ ਮਲਣੇ ਅਤੇ ਸਦਾ ਨਹੀਂ ਕਸੀਆਂ ਵਿੱਚ ਪਾਣੀ ਅਤੇ ਸਦਾ ਨਹੀਂ ਸਈਆਂ ਸੀਸ ਗੁੰਦਾਣੇ ਅਤੇ ਸਦਾ ਨਹੀਂ ਸੁਰਖੀ ਲਾਣੀ ਸਦਾ ਨਾ ਹੁਸਨ ਜਵਾਨੀ ਅਤੇ ਸਦਾ ਨਾ ਸੋਹਬਤ ਯਾਰਾਂ ਅਤੇ ਸਦਾ ਨਾ ਬਾਗੀ ਬੁਲਬੁਲ ਬੋਲੇ ਤੇ ਸਦਾ ਨਾ ਬਾਲ ਬਹਾਰਾਂ ਇੱਕ ਇੱਕ ਕਰਕੇ ਲਈ ਜਾਂਦਾ ਏ ਖਾਨ ਸਾਹਿਬ ਇੱਕ ਇੱਕ ਕਰਕੇ ਲਈ ਜਾਂਦਾ ਏ ਜਿਸ ਦਿੱਤੀਆਂ ਆ ਚੀਜ਼ਾਂ ਰਲ ਬਹਿਣਾ ਜੇ ਘੜੀ ਗਨੀਮਤ ਤੇ ਪਊ ਫਰਾਕ ਅਜ਼ੀਜ਼ਾਂ ਉਹ ਫਰਾਕ ਕੀ ਏ ਉਹ ਫਰਾਕ ਕੀ ਏ ਉਹ ਇਹ ਹੈ ਕਦੀ ਮੁਸ਼ਹਿਰੀ ਤੇ ਕਦੀ ਜਨਾਜ਼ਾ ਕਦੇ ਮੁਸ਼ਹਿਰੀ ਤੇ ਕਦੇ ਜਨਾਜ਼ਾ ਤੇ ਲੋਕੋ ਕਈ ਕਈ ਵੇਲੇ ਆਉਣ ਜਿਹੜਾ ਜਿਹੜਾ ਮੁੱਖ ਨਾ ਚੁੰਮ ਚੁੰਮ ਥੱਕੇ ਜਿਹੜਾ ਮੁੱਖ ਨਾ ਚੁੰਮ ਚੁੰਮ ਥੱਕੇ ਉਸ ਤੇ ਮਿੱਟੀ ਪਾਵਣ ਤੇ ਮਿੱਟੀ ਪਤਾ ਕਿਵੇਂ ਪਾਉਂਦੇ ਨੇ ਲੱਪੀ ਬੁੱਕੀ ਮਿੱਟੀ ਪਾ ਕੇ ਲੱਪੀ ਬੁੱਕੀ ਮਿੱਟੀ ਪਾ ਕੇ ਤੇ ਕਰਦੇ ਨੇ ਤੇਰ ਉਛੇਰਾ ਤੇ ਮੰਗ ਦੁਆ ਘਰਾਂ ਵੱਲ ਜਾਂਦੇ ਲੋਕੋ ਪਰਤ ਨਾ ਪਾਉਂਦੇ ਫੇਰਾ ਲੋ ਸਜਣੋ ਬੋਲ ਜਾਂਦੀ ਜੀ ਜਿਉਂਦੇ ਅੰਦੇ ਜੀ ਜਿਉਂਦੇ ਅੰਦੇ